ਡਾਇਵਰਸਿਟੀ ਡਾਇਵਰਸਿਟੀ ਦੇ ਵਿੱਚ ਜਿੰਨੇ ਵੀ ਲੋਕ ਹੈ ਉਹਨਾਂ ਦੇ ਡਿਜ਼ੀਜ਼ ਨੂੰ ਟ੍ਰੀਟ ਕੀਤਾ ਜਾਂਦਾ ਹੈ ਅਤੇ ਨਾਲ ਹੀ ਵੇਟ ਲੋਸ ਵੇਟ ਗੇਨ ਵੀ ਕੀਤਾ ਜਾਂਦਾ ਹੈ ਮੋਸਟਲੀ ਜਦੋਂ ਵੀ ਵੇਟ ਗੇਨ ਦੀ ਗੱਲ ਹੁੰਦੀ ਹੈ ਜਾਂ ਵੇਟ ਲੋਸ ਦੀ ਗੱਲ ਹੁੰਦੀ ਹੈ ਉਦੋਂ ਹੀ ਸਭ ਨੂੰ ਯਾਦ ਆਉਂਦਾ ਹੈ ਕਿ ਅਸੀਂ ਡਾਇਟੀਸ਼ੀਅਨ ਕੋਲ ਜਾਈਏ ਅਤੇ ਡਾਇਟ ਫੋਲੋ ਕਰੀਏ ਬਟ ਡਾਇਟ ਦਾ ਰੋਲ ਇਸ ਤੋਂ ਵੱਧ ਕੇ ਹੈ ਇਸ ਤੋਂ ਜ਼ਿਆਦਾ ਹੈ ਮਤਲਬ ਤੁਹਾਡੀ ਹਰੇਕ ਡਿਜ਼ੀਜ਼ ਦੇ ਟ੍ਰੀਟਮੈਂਟ ਦੇ ਲਈ ਡਾਇਟ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ ਅੱਜ ਇਸੇ ਦੇ ਹੀ ਇੱਕ ਐਗਜ਼ੈਂਪਲ ਹੈ ਸਾਡੇ ਕੋਲ ਮੇਰੇ ਨਾਲ ਹੈ ਨਿਰਮਲਜੀਤ ਕੌਰ ਜੀ ਅਤੇ ਉਹਨਾਂ ਨੂੰ ਕਾਫੀ ਸਾਰੀ ਪ੍ਰੋਬਲਮ ਸੀ ਕੁਛ ਸਾਲ ਪਹਿਲਾਂ ਇਹ ਮੇਰੇ ਕੋਲ ਆਏ ਸੀ ਉਹਨਾਂ ਨੇ ਉਦੋਂ ਵੇਟ ਰਿਡਿਊਸ ਕੀਤਾ ਸੀਗਾ ਆਈ ਥਿੰਕ 15 kg ਵੇਟ ਰਿਡਿਊਸ ਕੀਤਾ ਸੀ ਅਤੇ ਉਸ ਤੋਂ ਬਾਅਦ ਬਹੁਤ ਫਿੱਟ ਹੋ ਗਏ ਅਤੇ ਇਹਨਾਂ ਦਾ ਲਾਈਫ ਸਟਾਈਲ ਬਿਲਕੁਲ ਹੀ ਚੇਂਜ ਹੋ ਗਿਆ ਅਤੇ ਔਰ ਇੱਕ ਇਹਨਾਂ ਦੇ ਨਾਲ ਹੋਰ ਇਹਨਾਂ ਨੂੰ ਪ੍ਰੋਬਲਮ ਸੀਗੀ ਲੋ ਬੀ ਪੀ ਅਤੇ ਨਾਲ ਇਹਨਾਂ ਦੀ ਹਾਰਟ ਬੀਟ ਫਾਸਟ ਹੋ ਜਾਂਦੀ ਸੀ ਅਤੇ ਇਹ ਜਿਹੜੀ ਪ੍ਰੋਬਲਮ ਹੈ ਇਹਨਾਂ ਤੋਂ ਹੀ ਪੁੱਛਦੇ ਹਾਂ ਕਿ ਕਦੋਂ ਤੋਂ ਪ੍ਰੋਬਲਮ ਸੀ ਅਤੇ ਇਸ ਵਾਰ ਇਹਨਾਂ ਨੇ ਉਹ ਡਿਜ਼ੀਜ਼ ਟ੍ਰੀਟਮੈਂਟ ਲਈ ਦੇ ਲਈ ਆਏ ਸੀਗੇ ਅਤੇ ਇਹਨਾਂ ਨੂੰ ਕੀ ਫਰਕ ਲੱਗਿਆ ਕਿੰਨਾ ਫਰਕ ਲੱਗਿਆ ਤੁਸੀਂ ਖੁਦ ਹੀ ਪੁੱਛੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਮ ਮੈਨੂੰ ਪਿਛਲੇ 11 ਸਾਲਾਂ ਤੋਂ ਪ੍ਰੋਬਲਮ ਸੀਗੀ ਇਹ ਤਕਰੀਬਨ 2011 ਤੋਂ ਅਤੇ ਮੈਨੂੰ ਵਾਰ ਵਾਰ ਐਵੇਂ ਬੇਹੋਸ਼ੀ ਆਉਂਦੀ ਸੀ ਅਤੇ ਹਾਰਟ ਬੀਟ ਅਤੇ ਨਾਲ ਬੀ ਪੀ ਲੋਅ ਬਹੁਤ ਜ਼ਿਆਦਾ ਹੁੰਦਾ ਸੀਗਾ ਮੇਰਾ ਅਤੇ ਮੈਂ ਪੀ ਜੀ ਆਈ ਤੋਂ ਵੀ ਟ੍ਰੀਟਮੈਂਟ ਕਰਵਾਇਆ ਆਪਣਾ ਤਕਰੀਬਨ 3 ਸਾਲ ਓਕੇ ਪੀ ਜੀ ਆਈ ਤੋਂ ਵੀ ਮਤਲਬ ਗੋਲੀ ਲਗਾ ਤੀ ਉਹਨਾਂ ਨੇ ਹਾਰਟ ਬੀਟ ਤੋਂ ਉਹਦੇ ਨਾਲ ਵੀ ਫਿਰ ਮੈਨੂੰ ਜੇ ਖਾਸ ਫਰਕ ਨਹੀਂ ਲੱਗਿਆ ਠੀਕ ਹੈ ਹਾਂਜੀ ਫਿਰ ਉਸ ਤੋਂ ਬਾਅਦ ਫਿਰ ਮੈਨੂੰ ਤੁਹਾਡੇ ਕੋਲ ਆਈ ਐਮ ਏ ਅਤੇ ਫਿਰ ਵੇਟ ਲੂਜ਼ ਤਾਂ ਹੋਇਆ ਹੀ ਹੋਇਆ ਮੇਰਾ ਅਤੇ ਉਸ ਤੋਂ ਬਾਅਦ ਵੀ ਫਿਰ ਇਹ ਪਿਛਲੇ ਮਤਲਬ 4-5 ਸਾਲਾਂ ਤੋਂ ਮੈਨੂੰ ਜ਼ਿਆਦਾ ਪ੍ਰੋਬਲਮ ਆਉਣ ਲੱਗ ਗਈ ਐਮ ਏ ਬੇਹੋਸ਼ੀ ਆ ਜਾਣੀ ਕਿਤੇ ਰਾਤ ਨੂੰ ਵਾਸ਼ਰੂਮ ਵਗੈਰਾ ਜਾਣਾ ਉੱਥੇ ਵਾਸ਼ਰੂਮ 'ਚ ਗਿਰ ਜਾਣਾ ਅਤੇ ਫਿਰ ਜਦੋਂ ਫਿਰ ਜ਼ਿਆਦਾ ਕੁਛ ਐਮ ਏ ਹੋਣ ਲੱਗ ਗਿਆ ਦਵਾਈ ਤੋਂ ਫਰਕ ਨਹੀਂ ਪਿਆ ਤਾਂ ਕਰਕੇ ਹੁਣ ਮੈਂ ਫਿਰ ਡਾਇਟ ਪਲਾਨ ਆਪਣਾ ਕਰਵਾਇਆ ਅਤੇ ਮੈਨੂੰ ਬਹੁਤ ਜ਼ਿਆਦਾ ਫਰਕ ਹੋ ਰਿਹਾ ਹੁਣ ਨਹੀਂ ਹੁਣ ਮੁੜ ਕੇ ਪ੍ਰੋਬਲਮ ਨਹੀਂ ਆਈ ਹੈਗੀ ਅਤੇ ਕਦੀ ਮੈਨੂੰ ਵੀਕਨੈਸ ਲੱਗਦੀ ਵੀ ਹੈ ਤਾਂ 1-2 ਦਿਨ ਬਾਅਦ ਹੋ ਜਾਂਦਾ ਹੈ ਮਤਲਬ ਕਵਰ ਕਰ ਜਾਂਦੀ ਮੇਰੀ ਬੋਡੀ ਨਹੀਂ ਤਾਂ ਇੱਕ ਵਾਰ ਬੀ ਪੀ ਘਟਿਆ ਅਤੇ 10 ਦਿਨ ਫਿਰ ਮੈਂ ਉੱਠ ਨਹੀਂ ਸਕਦੀ ਸੀ ਬੈੱਡ ਤੋਂ ਹਾਂਜੀ ਅਤੇ ਇਸ ਤਰ੍ਹਾਂ ਹੁਣ ਦੇਖੋ ਕਿ ਇਹਨਾਂ ਨੇ ਪੀ ਜੀ ਆਈ ਤੋਂ ਜਿੱਥੇ ਕਿ ਸਾਡਾ ਮਤਲਬ ਨੰਬਰ 1 ਇੰਸਟੀਚਿਊਟ ਜਿਹੜਾ ਹੈਗਾ ਉੱਥੇ ਵੀ ਇੱਕ ਟ੍ਰੀਟਮੈਂਟ ਕਰਵਾ ਲਿਆ ਹੋਰ ਕਾਫੀ ਡਾਕਟਰਸ ਕੋਲ ਗਏ ਅਤੇ ਉਹਨਾਂ ਨੇ ਮੈਡੀਸਿਨ ਵੀ ਖਾਈ ਕਿੰਨੀ ਮਤਲਬ ਲੰਬਾ ਟਾਈਮ ਮੈਡੀਸਿਨ ਚੱਲ ਰਹੀ ਪਰ ਕਿਤੇ ਇਹਨਾਂ ਨੂੰ ਕੋਈ ਫਰਕ ਨਹੀਂ ਪਿਆ ਬਟ ਐਟ ਦਾ ਐਂਡ ਜਦੋਂ ਡਾਇਟ ਠੀਕ ਕੀਤੀ ਬਿਕੋਜ਼ ਡਾਇਟ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੈਗੀਆਂ ਜਿਹਦੇ ਨਾਲ ਤੁਸੀਂ ਆਪਣੇ ਬੀ ਪੀ ਨੂੰ ਮੇਨਟੇਨ ਕਰ ਸਕਦੇ ਹੋ ਐਂਡ ਡਾਇਟ ਉੱਦਾਂ ਦੀ ਹੀ ਖਾਣੀ ਹੈ ਜਿੱਦਾਂ ਦੀ ਤੁਹਾਨੂੰ ਪ੍ਰੋਬਲਮਸ ਹੈਗੀਆਂ ਹੁਣ ਤਾਂ ਮੈਮ ਮੈਨੂੰ ਤਾਂ ਇਹਨਾਂ ਨੇ ਇੱਥੋਂ ਦਾ ਕਹਿੰਦੇ ਸੀ ਕਿ ਤੁਹਾਨੂੰ ਲੌਂਗ ਟਾਈਮ ਦਵਾਈ ਖਾਣੀ ਹੋ ਪੈਣੀ ਹੈ ਮੈਡੀਸਨ ਓਕੇ ਓਕੇ ਥਰੂ ਆਊਟ ਲਾਈਫ ਹਾਂਜੀ ਹੁਣ 3 ਮਹੀਨੇ ਹੋ ਗਏ ਮੈਂ ਲੈ ਹੀ ਨਹੀਂ ਰਹੀ ਕੋਈ ਮੈਡੀਸਨ ਟੈਬਲੇਟ ਕੋਈ ਵੀ ਨਹੀਂ ਸਭ ਕੁਝ ਬੰਦ ਹੈ ਇੱਕ ਵਾਰ ਨਹੀਂ ਲਿੱਤੀ ਮੈਂ ਜਦੀ ਤੁਹਾਡੇ ਕੋਲ ਆਈ ਹਾਂ ਨਾ ਮੈਂ ਮੈਡੀਸਨ ਬਿਲਕੁਲ ਛੱਡੀ ਹੋਈ ਹੈ ਪਰ ਇਹ ਕਿ ਇਹਦੇ ਚ ਅਵੇਅਰਨੈਸ ਦੀ ਕਮੀ ਹੈ ਕਿਉਂਕਿ ਜਿਹੜਾ ਵੀ ਡਾਕਟਰ ਕੋਲ ਜਾਓਗੇ ਉਹਨਾਂ ਨੇ ਮੈਡੀਸਨ ਦੇਣੀ ਹੈ ਔਰ ਮੈਡੀਸਨ ਤੁਸੀਂ ਥਰੂ ਆਊਟ ਲਾਈਫ ਖਾਈ ਜਾਂਦੇ ਚਾਹੇ ਉਹ ਥਾਇਰਾਇਡ ਹੈ ਬੀ ਪੀ ਹੈ ਸ਼ੂਗਰ ਹੈ ਕੋਈ ਵੀ ਪ੍ਰੋਬਲਮ ਹੈ ਬਟ ਕਿਸੇ ਵੀ ਡਾਕਟਰ ਨੇ ਤੁਹਾਨੂੰ ਐਵੇਂ ਨਹੀਂ ਕਹਿਣਾ ਕਿ ਤੁਸੀਂ ਇਸ ਨੂੰ ਬੰਦ ਕਰ ਸਕਦੇ ਹੋ ਜਾਂ ਇਨ ਫਿਊਚਰ ਇਸ ਨੂੰ ਤੁਸੀਂ ਬੰਦ ਕਰੋ ਇਹਦਾ ਕੋਈ ਸਾਈਡ ਇਫੈਕਟ ਹੈ ਤੁਸੀਂ ਇਹ ਨਾ ਖਾਓ ਕਿਉਂਕਿ ਜਿੰਨੇ ਤੁਸੀਂ ਬਿਮਾਰੀਆਂ ਦੱਸੋਗੇ ਉਨੀਆਂ ਉਹ ਮੈਡੀਸਨ ਜਿਹੜੀਆਂ ਹੈਗੀਆਂ ਐਡ ਕਰ ਦਿੰਦੇ ਆ ਬਟ ਐਟ ਦਾ ਐਂਡ ਕਿਆ ਹੈ ਕਿ ਡਾਇਟ ਦੇ ਨਾਲ ਹਰੇਕ ਪ੍ਰੋਬਲਮ ਠੀਕ ਕੀਤੀ ਜਾ ਸਕਦੀ ਹੈ ਅਤੇ ਜੇ ਤੁਸੀਂ ਆਪਣੀ ਡਾਇਟ ਮੇਨਟੇਨ ਕਰੋਗੇ ਡਾਇਟ ਨੂੰ ਮੈਨੇਜ ਕਰੋਗੇ ਤਾਂ ਤੁਸੀਂ ਕੋਈ ਵੀ ਡਿਜ਼ੀਜ਼ ਤੁਹਾਨੂੰ ਨਹੀਂ ਹੋਏਗੀ ਇਮਿਊਨਿਟੀ ਵੀ ਤੁਹਾਡੀ ਮਤਲਬ ਅੱਛੀ ਰਹੇਗੀ ਤਾਂ ਜਿਸ ਕਰਕੇ ਜਿਵੇਂ ਹੁਣ ਅੱਜ ਕੱਲ੍ਹ ਵਾਇਰਲ ਇਨਫੈਕਸ਼ਨਸ ਹੋ ਰਹੀਆਂ ਹੈ ਤਾਂ ਅਗਰ ਤੁਸੀਂ ਆਲਰੇਡੀ ਤੁਹਾਡੀ ਬੋਡੀ ਡਿਜ਼ੀਜ਼ਡ ਬੋਡੀ ਹੈ ਤਾਂ ਤੁਹਾਨੂੰ ਉਨੇ ਜ਼ਿਆਦਾ ਚਾਂਸਿਸ ਰਹਿਣਗੇ ਵਾਇਰਲ ਇਨਫੈਕਸ਼ਨ ਦੇ ਨਾਲ ਇਫੈਕਟ ਹੋਣ ਦੇ ਬਟ ਅਗਰ ਤੁਸੀਂ ਫਿੱਟ ਹੋ ਅਗਰ ਤੁਹਾਡੀ ਡਾਇਟ ਸਹੀ ਹੈ ਤਾਂ ਤੁਸੀਂ ਹਮੇਸ਼ਾ ਹੀ ਹੈਲਦੀ ਰਹੋਗੇ ਥੈਂਕ ਯੂ ਹੈਵ ਅ ਨਾਈਸ ਡੇ ਥੈਂਕ ਯੂ